ਬਾਜੀ ਤੁਸੀਂ ਗੋਲੀਆਂ ਟਾਫੀਆਂ ਤੇ ਖਾਧੀਆਂ ਹੋਣਗੀਆਂ। ਹਾਂਜੀ ਖਾਧੀਆਂ ਨੇ। ਕਿਦੋਂ ਖਾਂਦੇ ਰਹੇ? ਆ ਛੋਟੀ ਉਮਰ ਚ ਖਾਂਦੇ ਰਹੇ, ਹੁਣ ਤੇ ਫਿਰ ਨਹੀਂ ਖਾ ਸਕਦੇ। ਤੇ ਫਿਰ ਦੰਦਾਂ ਸ਼ੰਦਾਂ ਪੀੜ ਹੋਣ ਲੱਗ ਪੈਂਦੀ। ਮੈਂ ਛੋਟੇ ਹੁੰਦੇ ਖਾ ਲਈਦੀਆਂ ਸਨ, ਹੁਣ ਨਹੀਂ ਨਹੀਂ ਕਦੀ ਖਾਈ। ਹੁਣ ਤੇ ਬਾਹਰ ਲਿਆਉਂਦੇ ਨੇ, ਉਹਨਾਂ ਨੇ ਖੋਲ ਕੇ ਦੇ ਦਿੰਦੀਆਂ, ਆਪ ਕੋਈ ਨਹੀਂ ਖਾਂਦੇ। ਹੁਣ ਤੇ ਨਹੀਂ ਖਾਈਦੀਆਂ, ਬਚਪਨ ਵਿੱਚ ਜ਼ਰੂਰ ਖਾਈਦੀਆਂ ਸਨ, ਹੁਣ ਤੇ ਬਹੁਤ ਵੱਡੇ ਹੋ ਗਏ ਆ। ਅੱਜ ਫਿਰ ਤੁਹਾਨੂੰ ਅਸੀਂ ਗੋਲੀ ਖਵਾਉਣੀ ਹੈ ਕਿਹੜੀ ਤੁਹਾਡੇ ਅੰਦਰ ਠੰਡ ਪਾਵੇਗੀ। ਅੱਛਾ ਵਿਖਾਓ ਕਿਹੜੀ ਹੈ ਗੋਲੀ, ਖੇਲਣ ਵਾਲੀਆਂ ਕਿ ਖਾਣ ਵਾਲੀਆਂ? ਖਾਣ ਵਾਲੀਆਂ। ਖਾਣ ਵਾਲੀਆਂ, ਚਲੋ ਜੀ ਠੀਕ ਹੈ, ਖਵਾ ਦਿਓ। ਰੀ ਕੋਲਾ ਕੋਲਾ ਕੋਲਾ, ਉਹ ਤੇ ਸਾਡੇ ਪਿੰਡਾਂ ਥਾਵਾਂ 'ਚ ਲੱਕੜੀਆਂ ਦੇ ਕੋਲੇ ਹੁੰਦੇ ਨੇ। ਬਹਰਾਲ ਹੁਣ ਗੋਲੀ ਦਾ ਵੀ ਸੁਣ ਲਿਆ, ਖਾ ਲਈ ਹੁਣ ਵੇਖਦੇ ਹਾਂ। ਗਰਕਾਨ ਦੀ ਮਾਰੀ ਖੱਟੀ ਮਿੱਠੀ ਹੈ, ਇਸ ਤਰ੍ਹਾਂ ਜਿਸ ਤਰ੍ਹਾਂ ਹੋਸਟ ਟਾਫੀ ਖਾ ਲਈ ਦੀ, ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਖੰਘ ਵਾਲੀ ਟਾਫੀ ਲੈ ਕੇ ਖਾ ਬੱਚਿਓ, ਜੋ ਲੈ ਕੇ ਉਹ ਖੰਘ ਵਾਲੀ ਟਾਫੀ ਖਾਣੀ ਹੈ। ਲੇਕਿਨ ਇਹਦਾ ਉਹਦੇ ਨਾਲ ਜ਼ਿਆਦਾ ਜ਼ਾਇਕਾ ਅੱਛਾ, ਮਜ਼ੇ ਦੀ ਹੈ। ਤਿੰਨ ਜ਼ਾਇਕੇ, ਠੰਡੀ ਵੀ ਹੈ, ਮਿੱਠੀ ਵੀ ਹੈ, ਖੱਟੀ ਵੀ ਹੈ। ਟਾਫੀ ਦਾ ਜ਼ਾਇਕਾ ਹੈ ਖੱਟਾ ਵੀ ਮਿੱਠਾ ਵੀ, ਜਿਵੇਂ ਉਹ ਖਾਂਸੀ ਦੀ ਗੋਲੀ ਨਹੀਂ ਦਿੰਦੇ, ਉਹ ਲੈਣ ਜਾਈਏ ਕਿ ਉਹ ਗਲਾ ਠੰਡਾ ਹੋ ਜਾਏ, ਉਵੇਂ ਦੀ ਟਾਫੀ ਹੈ, ਅੱਛੀ ਹੈ, ਅੱਛੀ ਬਣੀ ਹੈ ਟੋਫੀ। ਇੱਧਰ ਜਿਹੜੀ ਹੋਸਟ ਟੋਫੀ ਹੈ ਖਾਂਸੀ ਵਾਲੀ, ਉਹ ਇੰਨੀ ਨਹੀਂ ਮਜ਼ੇ ਦੀ ਜਿੰਨੀ ਅੱਛੀ ਬਣੀ ਹੈ। ਇਸ ਤਰ੍ਹਾਂ ਕਿ ਜਿਸ ਤਰ੍ਹਾਂ ਬਿਲਕੁਲ ਅੱਛੀ ਚੀਜ਼ ਬਣੀ ਹੈ, ਅੱਛੀ ਲੱਗੀ ਹੈ ਮੈਨੂੰ। ਵਿੱਚ ਪੁਦੀਨੇ ਦੇ ਪੱਤੇ ਪਾਏ ਹੁੰਦੇ, ਪੁਦੀਨੇ ਦੇ ਪੱਤੇ ਅਤੇ ਕੁਛ ਕੋਈ ਖੱਟਾ ਮਿੱਠਾ ਪਾਇਆ ਹੋਣਾ, ਨੇ ਕੋਈ ਇਮਲੀ ਸ਼ਿਮਲੀ ਦਾ ਕੋਈ ਟੇਸਟ ਟੂਸਟ ਪਾ ਸਕਿਆ ਹੋਣਾ, ਜਾਂ ਮਾਲਟੇ ਦਾ ਲੱਗ ਰਿਹਾ। ਮਜ਼ੇ ਦੀ ਟਾਫੀ ਹੁਣ ਤਾਂ ਉਹ ਜਿਵੇਂ ਅੱਜ ਕੱਲ੍ਹ ਖੈਰ ਨਾਲ ਉਸ ਟੋਫੀ ਦਾ ਨਾਂ ਚੱਲਦਾ ਹੋਇਆ ਗੋਲੀ ਦਾ ਹੋਸਟ, ਉਸ ਤਰ੍ਹਾਂ ਲੱਗ ਰਹੀ। ਰੰਗ ਇਹਦਾ ਵੀ ਉਹੀ ਹੈ, ਬਾਹਰ ਲੋਕ ਵੀ ਸਮਝ ਲੈਂਦੇ ਰਹਿਣਾ ਸਟਾਫੀਆਂ ਖਾਂਦੇ ਪਏ। ਮੈਨੂੰ ਤਾਂ ਕੜਵੀ ਲੱਗ ਰਹੀ ਹੈ, ਤੁਸੀਂ ਕਹਿੰਦੇ ਸ਼ਹਿਦ ਵਾਲੀ ਹੈ, ਮੈਨੂੰ ਤਾਂ ਐਪ ਬਿਲਕੁਲ ਕੜਵੀ ਟੋਫੀ ਲੱਗ ਰਹੀ ਹੈ। ਉਹਦਾ ਜ਼ਾਇਕਾ ਅੱਛਾ ਸੀ, ਮੈਨੂੰ ਇਹਦਾ ਜ਼ਾਇਕਾ ਵੀ ਅੱਛਾ ਲੱਗਾ। ਸ਼ਹਿਦ ਸ਼ੁਦ ਕੋਈ ਨਹੀਂ ਹੈ, ਸ਼ਹਿਦ ਤੋਂ ਵੀ ਜ਼ਿਆਦਾ ਖੱਟੀ ਹੈਗੀ ਹੈ। ਇਹ ਇੰਝ ਲੱਗ ਰਹੀ ਜਿਵੇਂ ਸਤਾਈ ਟਾਫੀ ਨਹੀਂ ਹੁੰਦੀ, ਸਤਾਈ ਟਾਫੀ ਉਹਦੇ ਵਰਗੀ ਲੱਗ ਰਹੀ ਹੈ, ਗਲਾ ਠੰਡਾ ਕਰਨ ਵਾਲੀ ਆਹ ਟਾਫੀ ਹੈ। ਉਹ ਤੇ ਮਾਲਟੇ ਸ਼ਾਲਟੇ ਦਾ ਸੀ ਫਲੇਵਰ, ਆਹ ਲੱਗ ਰਹੀ ਸਤਾਈ ਟਾਫੀ। ਲੇਕਿਨ ਟੇਸਟ ਥੋੜ੍ਹਾ ਬਹੁਤ ਸਹੀ ਹੈ, ਲੇਕਿਨ ਉਹ ਮੈਨੂੰ ਉਹਦਾ ਜ਼ਿਆਦਾ ਅੱਛਾ ਲੱਗਾ, ਇਹਦਾ ਨਹੀਂ ਇੰਨਾ ਅੱਛਾ ਲੱਗਾ, ਮੈਨੂੰ ਪਸੰਦ ਆਈ ਤੁਹਾਡੀ ਟੋਫੀ ਸ਼ਹਿਦ ਵਾਲੀ। ਇਹ ਤਾਂ ਜਿਵੇਂ ਅੱਜ ਲੱਗ ਰਿਹਾ ਜਿਵੇਂ ਅਸੀਂ ਪੈਨਾਡੋਲ ਦੀ ਗੋਲੀ ਖਾ ਲਈ, ਬਰੋਫਿਨ ਦਾ ਕੈਪਸੂਲ ਖਾ ਲਈ ਅਤੇ ਸਾਫ ਹੋਈ ਹੈ ਕੱਚ। ਇਹਨੇ ਤਾਂ ਮੇਰਾ ਮੂੰਹ ਦਾ ਜ਼ਾਇਕਾ ਹੀ ਖਰਾਬ ਕਰ ਦਿੱਤਾ, ਉਸ ਟੋਫੀ ਨਾਲ ਥੋੜ੍ਹਾ ਸਹੀ ਹੋਇਆ ਸੀ, ਇਹਨੇ ਤਾਂ ਫੜ ਕੇ ਬੇੜਾ ਗਰਕ ਹੀ ਕਰ ਦਿੱਤਾ। ਇਹ ਸਹੀ ਤੁਹਾਡੀ ਟੋਫੀ। ਸਾਡਾ ਚੈਨਲ ਸਬਸਕ੍ਰਾਈਬ ਕਰਨਾ ਔਰ ਬੈਲ ਦਾ ਬਟਨ ਜ਼ਰੂਰ ਦਬਾਉਣਾ। ਅੱਲਾ ਹਾਫਿਜ਼।